ਧੰਨ ਗੁਰਵਿਦਾਸ ਮਹਾਰਾਜ ਜੀ ਨੇ ਉਹ ਅੰਮ੍ਰਿਤ ਦਾ ਪਿਆਲਾ ਤੇ ਨਾਮ ਦਾ ਪਿਆਲਾ ਅਮੀਰ ਆਇਆ ਤੇ ਗਰੀਬ ਆਇਆ ਇਸਤਰੀ ਆਈ ਤੇ ਪੁਰਸ਼ ਆਇਆ ਭਾਵ ਮੇਲ ਜਾਂ ਫੀਮੇਲ ਉਹਨਾਂ ਨੇ ਸਾਰਿਆਂ ਨੂੰ ਬਖਸ਼ਿਸ਼ ਕਰ ਦਿੱਤਾ ਹਾਕਮਰਾਨ ਲੋਕਾਂ ਨੂੰ ਇਹ ਕੁਝ ਚੰਗਾ ਨਹੀਂ ਲੱਗਾ ਤੇ ਗੁਰਮੁਖ ਪਿਆਰਿਓ ਕਹਿੰਦੇ ਵੀ ਇਹ ਗੁਰਵਿਦਾਸ ਜੀ ਮਹਾਰਾਜ ਨੇ ਕਿਹਾ ਵੀ ਏਦਾਂ ਹੀ ਚੱਲੂ ਤੇ ਆਓ ਗੁਰਮੁਖ ਪਿਆਰਿਓ ਉਹ ਪਿਆਲੇ ਬਾਰੇ ਉਹ ਅੰਮ੍ਰਿਤ ਬਾਰੇ ਗੱਲ ਕਰ ਲਈਏ ਕਿਰਪਾ ਕਰਿਓ ਨਾਮ ਤੇਰੇ ਦਾ ਪਿਆਲਾ ਕੋਈ ਬਿਰਲਾ ਗੁਰਮੁਖੀ ਪੀ ਆਤਮਾ ਦੀ ਸੰਤੁਸ਼ਟੀ ਹੋ ਗਈ ਜਿਵੇਂ ਮੱਛੀ ਪਾਣੀ ਤੋਂ ਬਗੈਰ ਜਲ ਤੋਂ ਬਗੈਰ ਤੜਫਦੀ ਹੈ ਅਮਲੀ ਅਮਲ ਤੋਂ ਬਗੈਰ ਤੜਫਦਾ ਇਹ ਜੀਵ ਰੂਪੀ ਆਤਮਾ ਉਸ ਸਤਿਗੁਰ ਦੇ ਅੰਮ੍ਰਿਤ ਤੋਂ ਬਗੈਰ ਮੱਛੀ ਜਿਹੀ ਹਾਲਾਤ ਦੇ ਤੜਫਦੀ ਹੈ ਉਸ ਸਮੇਂ ਨੂੰ ਜਿਹਨਾਂ ਰੂਹਾਂ ਨੇ ਸਤਿਗੁਰ ਸਵਾਮੀ ਸਰਵਣ ਦਾਸ ਮਹਾਰਾਜ ਜੀ ਦੀ ਸੰਗਤ ਕੀਤੀ ਸਤਿਗੁਰ ਸਵਾਮੀ ਹਰੀਦਾਸ ਮਹਾਰਾਜ ਜੀ ਦੀ ਸੰਗਤ ਕੀਤੀ ਸਤਿਗੁਰ ਸਵਾਮੀ ਹਰੀਦਾਸ ਮਹਾਰਾਜ ਜੀ ਦੀ ਸੰਗਤ ਕੀਤੀ ਸਤਿਗੁਰ ਸਵਾਮੀ ਗਰੀਬਦਾਸ ਮਹਾਰਾਜ ਜੀ ਦੀ ਸੰਗਤ ਕੀਤੀ ਸਤਿਗੁਰ ਸਵਾਮੀ ਰਾਮਾਨੰਦ ਮਹਾਰਾਜ ਜੀ ਦੀ ਸੰਗਤ ਕੀਤੀ ਔਰ ਇਸ ਵਕਤ ਗੁਰਗੱਦੀ ਤੇ ਬਿਰਾਜਮਾਨ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਦੀ ਸੰਗਤ ਕਰਦੀ ਹੈ ਤੇ ਆਪਣੇ ਜੀਵਨ ਨੂੰ ਕਰਤਾਰਥ ਕਰ ਰਹੀ ਹੈ ਆਓ ਗੁਰੂ ਮਹਾਰਾਜ ਦਾ ਜਸ ਗਾ ਲਈਏ ਤੇਰੇ
Thank you.
ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸਮਾਪਤੀ ਹੈ ਜ਼ਾਲਮ ਨੇ ਬੜਾ ਸਤਾਇਆ ਸੀ ਹਰ ਪੱਖ ਤੋਂ ਖੁੰਝੇ ਲਾਇਆ ਸੀ ਜ਼ਾਲਮ ਨੇ ਬੜਾ ਸਤਾਇਆ ਸੀ ਹਰ ਪੱਖ ਤੋਂ ਖੁੰਝੇ ਲਾਇਆ ਸੀ ਨਾ ਸੁਣਦਾ ਸੀ ਫਰਿਆਦ ਕੋਈ ਸੀ ਹਾਲ ਬੁਰਾ ਫਰਿਆਦੀ ਦਾ ਆਕਾਂਛੀ ਵਾਲੇ ਬਾਬੇ ਨੇ ਸਾਡਾ ਬੰਨਿਆ ਮੁੱਢ ਅਯਾਦੀ ਦਾ ਜ਼ਾਲਮ ਨੇ ਬੜਾ ਸਤਾਇਆ ਸੀ ਹਰ ਪੱਖ ਤੋਂ ਖੁੰਝੇ ਲਾਇਆ ਸੀ ਨਾ ਸੁਣਦਾ ਸੀ ਫਰਿਆਦ ਕੋਈ ਸੀ ਹਾਲ ਬੁਰਾ ਫਰਿਆਦੀ ਦਾ ਆਕਾਂਛੀ ਵਾਲੇ ਬਾਬੇ ਨੇ ਸਾਡਾ ਬੰਨਿਆ ਮੁੱਢ ਅਯਾਦੀ ਦਾ ਪੜ੍ਹ ਲਿਖ ਕੇ ਬਣ ਵਿਦਵਾਨ ਗਿਆ ਪੜ੍ਹ ਲਿਖ ਕੇ ਬਣ ਵਿਦਵਾਨ ਗਿਆ ਭਾਰਤ ਦਾ ਲਿਖ ਸੰਵਿਧਾਨ ਗਿਆ ਦਲਤਾਂ ਦੇ ਹੱਕਾਂ ਦੀ ਖਾਤਰ ਉਸ ਲੰਬੀ ਲੜੀ ਲੜਾਈ ਸੀ ਉਸ ਟਾਈ ਵਾਲੇ ਬਾਬੇ ਨੇ ਸਾਡੀ ਕਿਸਮਤ ਆ ਚਮਕਾਈ ਸੀ ਦੋ ਰਹਿਬਰ ਹੋ ਗਏ ਤੀਸਰਾ ਰਹਿਬਰ ਉਹ ਸਭ ਕੁਝ ਕਰ ਕੁਰਬਾਨ ਗਿਆ ਉਹ ਰੱਬ ਰੂਪ ਭਗਵਾਨ ਜਿਹਾ ਉਹਨੇ ਦਲਤ ਵਿਚਾਰੇ ਕਰ ਇਕੱਠੇ ਰਾਜ ਸੰਘਰਸ਼ ਦੇ ਪਾ ਦਿੱਤਾ ਉਸ ਸਾਈਕਲ ਵਾਲੇ ਬਾਬੇ ਨੇ ਸਾਨੂੰ ਰਾਜ ਭਾਗ ਦਿਖਲਾ ਦਿੱਤਾ ਤਿੰਨ ਮਹਾਂਪੁਰਖ ਤਿੰਨ ਰਹਿਬਰ ਤਿੰਨ ਬਾਬੇ ਚੌਥਾ ਪੂਰਬ ਪੱਛਮ ਉੱਤਰ ਦੱਖਣ ਚਾਰੇ ਦਿਸ਼ਾਵਾਂ ਰਹਿਬਰਾਂ ਦਾ ਮਿਸ਼ਨ ਫੈਲਾਉਂਦਾ ਰਿਹਾ ਹੱਕ ਸੱਚ ਦੀ ਜੋਤ ਜਗਾਉਂਦਾ ਰਿਹਾ ਰਹਿਬਰਾਂ ਦਾ ਮਿਸ਼ਨ ਫੈਲਾਉਂਦਾ ਰਿਹਾ ਹੱਕ ਸੱਚ ਦੀ ਜੋਤ ਜਗਾਉਂਦਾ ਰਿਹਾ ਉਹਨੇ ਦੇਖ ਕੁਰਬਾਨੀ ਕੌਮ ਲਈ ਇੱਕ ਲੰਬੀ ਲੀਕ ਬਣਾ ਦਿੱਤੀ ਉਸ ਧੋਤੀ ਵਾਲੇ ਬਾਬੇ ਨੇ ਸਾਡੀ ਸੁੱਤੀ ਅਣਖ ਜਗਾ ਦਿੱਤੀ ਧੋਤੀ ਵਾਲਾ ਬਾਬਾ 25 May 2009 ਆਸਟਰੀਆ ਵਿਆਨਾ ਰਹਿਬਰਾਂ ਦਾ ਮਿਸ਼ਨ ਫੈਲਾਉਂਦਾ ਰਿਹਾ ਹੱਕ ਸੱਚ ਦੀ ਜੋਤ ਜਗਾਉਂਦਾ ਰਿਹਾ ਉਹਨੇ ਦੇਖ ਕੁਰਬਾਨੀ ਕੌਮ ਲਈ ਇੱਕ ਲੰਬੀ ਲੀਕ ਬਣਾ ਦਿੱਤੀ ਉਸ ਧੋਤੀ ਵਾਲੇ ਬਾਬੇ ਨੇ ਸਾਡੀ ਸੁੱਤੀ ਅਣਖ ਜਗਾ ਦਿੱਤੀ ਚਾਰੇ ਬਾਬੇ ਰਾਈਟਰ ਨੇ ਲਿਖਿਆ ਚੌਹਾਂ ਬਾਰੇ ਲਾਸਟ ਚ ਤੁਸੀਂ ਜੀਓ ਤੇ ਫਿਰ ਜੀਣ ਦਿਓ ਤੁਸੀਂ ਜੀਓ ਤੇ ਫਿਰ ਜੀਣ ਦਿਓ ਨਾ ਘੁੱਟ ਸਬਰ ਦੇ ਪੀਣ ਦਿਓ ਸਹਲੋ ਸਤਪਾਲ ਜੀ ਰਹਿਬਰਾਂ ਦੀ ਆਓ ਸੋਚ ਤੇ ਫੁੱਲ ਚੜਾ ਦਈਏ ਇਹਨਾਂ ਬਾਬਿਆਂ ਸੁਪਨੇ ਸਿਰਜੇ ਜੋ ਆਓ ਪੂਰੇ ਕਰ ਦਿਖਲਾ ਦਈਏ ਆਓ ਪੂਰੇ ਕਰ ਦਿਖਲਾ ਦਈਏ ਆਓ ਪੂਰੇ ਕਰ ਦਿਖਲਾ ਦਈਏ ਤੋ ਗੁਰਮੁਖ ਪਿਆਰਿਓ ਇਧਰ ਉਧਰ ਭਟਕਣ ਦੀ ਬਜਾਏ ਅਗਿਆਨਤਾ ਚ ਫਸਣ ਦੀ ਬਜਾਏ ਅੰਧ ਵਿਸ਼ਵਾਸ ਚ ਫਸਣ ਦੀ ਬਜਾਏ ਸ਼ਰਾਬਾ ਕਬਾਬਾ ਜਾਏ ਸੱਚੇ ਸਤਿਗੁਰ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਵਾਰ ਲਈਏ ਔਰ ਗੁਰਮੁਖ ਪਿਆਰਿਓ ਇਹੀ ਸੁਭਾਗ ਭਰਿਆ ਸਮਾਂ ਔਰ ਇਹੀ ਕੜੀ ਸੁਲੱਖਣੀ ਹੈ ਇਹੀ ਭਾਗਸ਼ਾਲੀ ਹੈ ਅੱਜ ਗੁਰੂ ਦੇ ਲੜ ਲੱਗ ਕੇ ਸਤਿਗੁਰ ਦੇ ਸੰਗ ਲੱਗ ਕੇ ਸਤਿਗੁਰ ਦੇ ਚਾਨਣ ਚ ਲੱਗ ਕੇ ਅੱਜ ਤੁਸਾਂ ਅਸਾਂ ਆਪਾਂ ਸਾਰਿਆਂ ਨੂੰ ਇਹ ਸਮਾਂ ਮਿਲਿਆ ਇਹ ਸਮਾਂ ਸਾਡੇ ਦਾਦੇ ਬਾਬੇ ਪੜਦਾਦੇ ਲੱਕੜ ਦਾਦੇ ਲੋਚਦੇ ਚਲੇ ਗਏ ਤਰਸਦੇ ਚਲੇ ਗਏ ਪਰ ਉਹਨਾਂ ਨੇ ਸਿਦਕ ਨਹੀਂ ਹਾਰਿਆ ਔਰ ਗੁਰਮੁਖ ਪਿਆਰੇ ਉਹਨਾਂ ਨੇ ਜ਼ੁਲਮ ਤਸ਼ੱਦਦ ਅਤਿਆਚਾਰ ਤਾਂ ਸਹਿਣ ਕਰ ਲਏ ਲੇਕਿਨ ਗੁਰੂ ਰਵਿਦਾਸ ਜੀ ਤੋਂ ਮੁਖੜਾ ਨਹੀਂ ਮੋੜਿਆ ਆਪਣੇ ਸਤਿਗੁਰ ਤੋਂ ਮੁਖੜਾ ਨਹੀਂ ਮੋੜਿਆ ਜ਼ਿੰਦਗੀ ਦੇ ਵਿੱਚ
ਬੜੇ ਉਤਰਾ ਚੜਾ ਆਉਣਗੇ ਬੜੀਆਂ ਤੰਗੀਆਂ ਤੁਰਸੀਆਂ ਆਉਣਗੀਆਂ ਅਮੀਰੀ ਗਰੀਬੀ ਆਏਗੀ ਤੇ ਗੁਰਮੁਖ ਪਿਆਰਿਓ ਜਦੋਂ ਸਾਰੇ ਸਾਥ ਛੱਡ ਜਾਣ ਸਾਰੇ ਜਵਾਬ ਦੇ ਦੇਣ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਇੱਕ ਗੁਰੂ ਦਾ ਦਰਵਾਜ਼ਾ ਖੁੱਲ੍ਹਾ ਆ ਇਸ ਲਈ ਗੁਰਮੁਖ ਪਿਆਰਿਓ ਇਹ ਦਰਵਾਜ਼ਾ ਚੌਂ ਵਰਨਾ ਨੇ ਸਾਂਝਾ ਆ ਇੱਥੇ ਗੋਰਾ ਆਏ ਇੱਥੇ ਕਾਲਾ ਆਏ ਇੱਥੇ ਲੰਬਾ ਆਏ ਮਧਰਾ ਆਏ ਇੱਥੇ ਪਤਲਾ ਆਏ ਮੋਟਾ ਆਏ ਇੱਥੇ ਕੋਈ ਵੀ ਆਏ ਗੁਰਮੁਖ ਪਿਆਰਿਓ ਇਹ ਸਾਰਿਆਂ ਲਈ ਦਰਬਾਰ ਸਾਂਝਾ ਤੇ ਗੁਰਮੁਖ ਪਿਆਰਿਓ ਇਹ ਤਾਂ ਚਿੱਕੜ ਭੱਜੀਆਂ ਨੂੰ ਗਲ ਨਾਲ ਲਾਉਂਦੇ ਆ ਤੇ ਗੁਰਮੁਖ ਪਿਆਰਿਓ ਦਿਲ ਹੈ ਕਿ ਮਾਨਤਾ ਨਹੀਂ ਇਹ ਮਨ ਨੂੰ ਮਨਾਉਣ ਵਾਸਤੇ ਸਮਾਂ ਬੇਅਰਥ ਨਾ ਗਵਾਓ ਕੱਲ ਵਾਲਾ ਕੰਮ ਅੱਜ ਕਰੋ ਤੇ ਅੱਜ ਵਾਲਾ ਹੁਣ ਕਰੋ ਜੱਗ ਵਾਲਾ ਮੇਲਾ ਓਏ ਥੋੜੀ ਦੇਰ ਦਾ ਹੱਸਦਿਆਂ ਰਾਤ ਲੰਘੀ ਪਤਾ ਨਹੀਂ ਸਵੇਰ ਦਾ ਇਸ ਲਈ ਹਰ ਸਵਾਸ ਹਰ ਘੜੀ ਹਰ ਪਲ ਗੁਰੂ ਦੇ ਸੰਗ ਹੋਣਾ ਚਾਹੀਦਾ ਇਹਦੇ ਚਰਨਾਂ ਚ ਜੁੜ ਕੇ ਜੀਵਨ ਸਫਲਾ ਕਰੀਏ ਬਹੁਤ ਬਹੁਤ ਧੰਨਵਾਦ ਟਰਸਟੀ ਸਾਹਿਬਾਨਾਂ ਦਾ ਧੰਨਵਾਦ ਸੇਵਾਦਾਰਾਂ ਦਾ ਧੰਨਵਾਦ ਗੁਰੂ ਕੀ ਲਾਡਲੀ ਸੰਗਤ ਦਾ ਧੰਨਵਾਦ ਦੇਸ਼ ਅਤੇ ਵਿਦੇਸ਼ ਦੀ ਸੰਗਤ ਦਾ ਧੰਨਵਾਦ ਇਹ ਕੰਚੀ ਬਨਾਰ ਦੀ ਧਰਤੀ ਇਹ ਤਾਂ ਮੋਤੀ ਬਣਦੀ ਪਈ ਹੈ ਇਹ ਮੋਤੀ ਬਣਦੀ ਪਈ ਹੈ ਖਜ਼ਾਨਾ ਬਣਦੀ ਪਈ ਹੈ ਓਏ ਲੁੱਟਾਂ ਲੁੱਟ ਲਓ ਨਸੀਬਾਂ ਵਾਲੇ ਬੰਦੇ ਹੋ ਲੁੱਟ ਪੈ ਗਈ ਆਰਾਮ ਨਾਮ ਦੇ ਇਹ ਲੁੱਟਣ ਵਾਲੇ ਕੋਈ ਵਿਹਲੇ ਹੋਣਗੇ ਭਾਗਾਂ ਵਾਲੇ ਹੋਣਗੇ ਓ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਚਲਾਇਆ ਬਿਨ ਬੰਬੇ ਨਸੀਬਾਂ ਵਾਲੇ ਚੜ ਜਾਣਗੇ ਰਹਿ ਜਾਣਗੇ ਨਕਰਮਣ ਬੰਦੇ ਜਿਨ੍ਹਾਂ ਦੇ ਭਾਗ ਮੰਦੇ ਇਸ ਲਈ ਮੰਦਿਆਂ ਭਾਗਾਂ ਨੂੰ ਚੰਗੇ ਬਣਾਉਣ ਲਈ ਅੱਜ ਸਮਾਂ ਆ ਆਓ ਲੜ ਲੱਗ ਜਾਈਏ ਬਹੁਤ ਬਹੁਤ ਧੰਨਵਾਦ